ਦਰਾਹੀ ਤੋਂ ਜਾਣ ਵਾਲੀ ਸਰਹੰਦ ਨਹਿਰ ਦੇ ਵਿੱਚ ਕਾਰ ਜਿਹੜੀ ਡਿੱਗ ਗਈ ਹੈ। ਹਨੇਰਾ ਹੋਣ ਦੀ ਵਜ੍ਹਾ ਨਾਲ ਕਾਰ ਅਤੇ ਕਾਰ ਸਵਾਰ ਵਿਅਕਤੀਆਂ ਬਾਰੇ ਕੁਝ ਵੀ ਸੁਰਾਗ ਨਹੀਂ ਮਿਲਿਆ। ਖੰਨਾ ਦੇ ਦੁਰਾਹਾ ਸਥਿਤ ਸਰਹੰਦ ਨਹਿਰ ਦੇ ਵਿੱਚ ਇਹ ਕਾਰ ਗਿਰੀ ਸੀ, ਜਿਸ ਨੂੰ ਕੱਢਿਆ ਗਿਆ। ਕਾਰ ਦੇ ਵਿੱਚ ਇੱਕ ਲਾਸ਼ ਬਰਾਮਦ ਹੋਈ ਹੈ ਅਤੇ ਕਾਰ ਮਾਲਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾ ਕੇ ਪੁਲਿਸ ਉਹਨਾਂ ਨਾਲ ਸੰਪਰਕ ਸਾਧਨ ਦੇ ਵਿੱਚ ਲੱਗੀ ਹੋਈ ਹੈ। ਇਹ ਹਾਦਸਾ ਜਿਹੜਾ ਰਾਤ ਨੂੰ ਕਰੀਬ 8 ਵਜੇ ਤੋਂ ਬਾਅਦ ਵਾਪਰਿਆ ਸੀ। SHO ਨੇ ਦੱਸਿਆ ਕਿ ਕਾਰ ਵਿੱਚ ਇੱਕ ਲਾਸ਼ ਬਰਾਮਦ ਹੋਈ ਹੈ, ਜਾਂਚ ਜਾਰੀ ਹੈ। ਉੱਥੇ ਗੋਤਾਖੋਰਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਮੇਰਾ ਨਾਮ ਕਮਲਪ੍ਰੀਤ ਸੈਣੀ ਹੈ ਅਤੇ ਮੈਂ ਨੰਗਲ ਡੈਮ ਦਾ ਰਹਿਣਾ, ਪਿਛਲੇ 10 ਸਾਲ ਤੋਂ ਗੋਤਾਖੋਰ ਦਾ ਕੰਮ ਕਰ ਰਿਹਾ। ਕੱਲ੍ਹ ਰਾਤ ਮੈਂ ਨਿਊਜ਼ ਚੈਨਲ 'ਤੇ ਦੇਖਿਆ ਸੀਗਾ ਕਿ ਕਾਰ ਡਿੱਗੀ ਹੈ, ਫਿਰ ਇਹ ਥੋੜ੍ਹੀ ਦੇਰ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਫੋਨ ਵੀ ਕੀਤਾ ਹੈ, ਇੱਥੋਂ ਲੋਕਲ ਮੁੰਡੇ ਨੇ, ਅਤੇ ਰਾਤ ਨੂੰ ਲਗਭਗ 2 ਵਜੇ ਘਰ ਤੋਂ ਨਿਕਲੇ ਸੀਗੇ ਅਸੀਂ, ਅਤੇ 4:30 ਵਜੇ ਪੁੱਜੇ ਇੱਥੇ। ਫਿਰ ਪੁਲਿਸ ਨੂੰ ਫੋਨ ਕੀਤਾ ਅਤੇ ਉਹ ਕਹਿੰਦੇ ਸਵੇਰ ਨੂੰ 6 ਵਜੇ ਸ਼ੁਰੂ ਕਰਾਂਗੇ ਕੰਮ, ਅਤੇ ਲਗਭਗ 6:30 ਵਜੇ ਕੰਮ ਸ਼ੁਰੂ ਕੀਤਾ ਹੈ। 1.5-2 ਘੰਟੇ ਸਰਚ ਕਰਨ ਤੋਂ ਬਾਅਦ ਗੱਡੀ ਮਿਲੀ ਹੈ, ਅਤੇ ਉਸ ਤੋਂ ਬਾਅਦ 1-2 ਡੈੱਡ ਬੋਡੀਆਂ ਰਿਕਵਰ ਕੀਤਾ ਵਿੱਚੋਂ, ਸ਼ਾਇਦ ਉਸ ਵਿੱਚ 1-2 ਡੈੱਡ ਬੋਡੀਆਂ ਹੋਰ ਵੀ ਸੀਗੀਆਂ, ਕਿਉਂਕਿ ਪਿੱਛੇ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਅਤੇ ਇੱਕ ਸਾਈਡ ਵਾਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀਗਾ। ਥੱਲੇ ਜਿਹੜਾ ਪਾਣੀ ਹੈ ਕਾਫੀ ਗੰਧਲਾ ਹੈ, ਮਤਲਬ ਦਿਖਾਈ ਕੁਛ ਨਹੀਂ ਦਿੰਦਾ ਹੈਗਾ, ਸਿਰਫ ਕਿਸੇ ਚੀਜ਼ ਨੂੰ ਹੱਥ ਲਗਾ ਕੇ ਹੀ ਮਹਿਸੂਸ ਹੁੰਦਾ ਕਿ ਵਿੱਚ ਕਿਆ ਹੈ। ਗਿਰੀ ਕਿਸ ਤਰ੍ਹਾਂ ਜੀ? ਆਹ ਰਾਤ ਮਤਲਬ ਇਹਨਾਂ ਤੋਂ ਓਵਰਟੇਕ ਕਰਦੇ ਆ, ਗੱਡੀ ਜਿਹੜੀ ਆ ਸ਼ਹਿਰ ਤੋਂ ਆ ਰਹੀ ਸੀ, ਪੜਨਾ ਸੀ ਲੁਧਿਆਣੇ ਵਾਲਾ, ਤੋ ਕਿਸੇ ਤਰ੍ਹਾਂ ਇਹਨਾਂ ਨੂੰ ਮਿਸਅੰਡਰਸਟੈਂਡਿੰਗ ਹੋ ਕੇ ਜਿਹੜੀ ਹੈ ਨਹਿਰ ਦੇ ਵਿੱਚ ਗਿਰ ਗਈ ਹੈ। ਸਰ ਜਿਵੇਂ ਕਿ ਪਤਾ ਲੱਗ ਰਿਹਾ ਸੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲਿਆ ਤੇ ਕੋਈ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਜਾਂ ਹੋਰ ਬੰਦੇ ਜਿਹੜਾ? ਹਾਂ, ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਸੀ। ਕਿੰਨੇ ਵਜੇ ਦਾ ਹਾਦਸਾ? ਰਾਤ 8:30 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ, ਉਸ ਤੋਂ ਬਾਅਦ ਦੀ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੀ ਸਹਾਇਤਾ ਨਾਲ ਅਸੀਂ ਕੋਸ਼ਿਸ਼ ਕਰ ਰਹੇ ਸੀ। ਪਤਾ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਅਸੀਂ ਇਹਨਾਂ ਨਾਲ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਸਾਰੀ ਗੱਲ ਦਾ ਖੁਲਾਸਾ ਹੋ ਸਕੇ। ਫਿਰੋਜ਼ਪੁਰ ਦਾ ਪਤਾ ਲੱਗਾ ਜੀ ਇਹਦਾ। ਬਸ ਹੁਣ ਕਰ ਰਹੇ ਹਾਂ, ਹੁਣ ਤੋਂ ਫ੍ਰੀ ਹੋ ਕੇ ਕਰ ਰਹੇ ਹਾਂ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।